दोस्तों नवे साल के आगाज़ में लैके पूरी दुनिया भर के जश्न मनाए जा रहे हैं। तो खास तौर पर असं अज जलंधर के PPR मॉल के नज़दीक पहुँचे हैं, जिथे वड्डी गिणती दे विच जिहड़े नौजवान ने नवे साल के जश्न मनाउण वास्ते पहुँचे ने। बहुत धक्के खाधे आ नौकरी वास्ते, काम छड्ड के प्राइवेट जॉब छड्ड के भाजी मैं दो टाइम मेहनत करता रहा, काम छड्ड के भी चलो वधिया नौकरी मिल जू, सरकारी लाइफ वधिया हो जूगी, ते पर नहीं भाजी मिली नहीं, कि तुहानू पता पैसे आ जां फरमाइश चलदी आ अजकल। सरकारां आउंदियां ने बदलाव का होका दे के, आम आदमी पार्टी भी सत्ता च आई है, बेरोज़गारी नूं जड़ों खत्म करन दा उन्हां वल्लों वादा कीता गया सी वी आउण वाले समें दे विच जे साडी सरकार बणदी है असीं बेरोज़गारी खत्म करांगे, बदलाव लियावांगे, बदलाव आया नहीं भाजी? कहण नूं ही आ, कहण नाल थोड़ी ग्राउंड फ्लोर ते आउणगे ते पता लगे ना। यूपी बिहार की खास तौर पर गल होती भी उही राज करनगे साडे ते, फिर जिहड़ा रंगला पंजाब सीगा जां सोने की चिड़ी सीगा पंजाब, वह तो फिर भाई खत्म हो जूगा भाजी? खत्म इदा ही आ कि सरकारां दे यार भाजी, सरकारां जे चंगी होण तां क्यों जाइए, जे आपां नूं इधर वधिया रोटी खाण नूं मिलदी होवे, अपना रुजगार वधिया होवे, क्यों जांदा कोई घर छड्ड के भाजी? लखे सधाणे वल्लों संघर्ष किया जा रहा भी दूसरे सूबिया तो आ के जिहड़े लोग ने साडे ते राज कर रहे ने, तो लगता नहीं नौजवानों नूं लखा सधाणा दा जिहड़ा इह संघर्ष विढ़िया गया लखा सधाणा वल्लों उहदा सहयोग करना चाहिए वड्डी गिणती दे विच, जिवें तुहाडे वर्गे निराश नौजवान ने उहनां वल्लों हमायत करनी चाहिए लखे सधाणे। नौजवान सारे बाहर नूं जा रहे ने, तुहाडा की मकसद है 2023 दा? ਅਸੀਂ ਭਾਅ ਜੀ ਆਪ ਯੂਪੀ ਦੇ ਵਿੱਚ ਕੰਮ ਕਰਨ ਡਏ ਹਾਂ। ਯੂਪੀ 'ਚ ਕੰਮ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ ਭਾਅ ਜੀ, ਯੂਪੀ ਬਿਹਾਰ ਦਾ ਬੰਦਾ ਲੱਗਾ ਹੋਇਆ, ਆਪਾਂ ਤਾਂ ਆਓ ਭਗਤ ਕਰੀਦੀ ਹੈ, ਚਾਹ ਦਈ ਦਾ ਸਮੇਂ ਤੇ ਚਾਹ ਪਾਣੀ ਇੱਜ਼ਤ ਕਰੀਦੀ ਵੀ ਨਹੀਂ ਯਾਰ, ਦੂਸਰੇ ਸੂਬੇ ਤੋਂ ਆ ਕੇ ਵਿਚਾਰੇ ਕੰਮ ਕਰ ਰਹੇ, ਆਪਾਂ ਤਰਸ ਖਾ ਲੈਂਦੇ ਹਾਂ, ਤੁਹਾਡੇ ਤਾਂ ਤਰਸ ਖਾਂਦੇ ਨੇ ਯੂਪੀ? ਨਹੀਂ ਨਹੀਂ ਭਾਅ ਜੀ, 1% ਵੀ ਉੱਥੇ ਬਹੁਤ ਫਰਕ ਹੈ, ਇੱਥੋਂ ਦਾ ਉੱਥੋਂ ਦਾ ਬਹੁਤ ਫਰਕ ਹੈ ਭਾਅ ਜੀ। ਜੇ ਵੀ ਆਪਾਂ ਕਹਿੰਦੇ ਯੂਰਪ ਦੀ ਗੱਲ ਕਰ ਲਈਏ, ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ, ਜੇ ਬੰਦਾ ਪੱਕਾ ਹੋ ਜਾਂਦਾ ਆ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਆ, ਉਹਨਾਂ ਨੂੰ ਜੇ ਕੰਮ ਨਹੀਂ ਵੀ ਕਰਦੇ ਉਹਨੂੰ ਸੈਲਰੀ ਆਉਂਦੀ ਆ, ਪਰ ਇੱਥੇ ਇੱਦਾਂ ਦਾ ਕੁਐਸਚਨ ਹੈਗਾ, ਜਦੋਂ ਨਵੀਆਂ ਵੋਟਾਂ ਆਈਆਂ ਸੀਗੀਆਂ ਹਰੇਕ ਘਰ ਨਾਲ ਵਾਅਦਾ ਕੀਤਾ ਜੀ ਅਸੀਂ 1000 ਦੇਵਾਂਗੇ, ਕੋਈ ਕਹਿੰਦਾ 2000 ਦੇਵਾਂਗੇ, ਪਰ ਇੱਦਾਂ ਦਾ ਕੁਛ ਨਹੀਂ ਹੋ ਰਿਹਾ ਜੀ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ, ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਨਵੇਂ ਸਾਲ ਦੇ ਆਗਾਜ਼ ਨੂੰ ਲੈ ਕੇ ਪੂਰੀ ਦੁਨੀਆ ਭਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ, ਤਾਂ ਖਾਸ ਤੌਰ 'ਤੇ ਅਸੀਂ ਅੱਜ ਜਲੰਧਰ ਦੇ PPR ਮਾਲ ਦੇ ਨਜ਼ਦੀਕ ਪਹੁੰਚੇ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਸਤੇ ਪਹੁੰਚੇ ਨੇ, ਤਾਂ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ, ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਜਲੰਧਰ ਦੇ PPR ਮਾਲ ਦੇ ਨਜ਼ਦੀਕ ਜਸ਼ਨ ਮਨਾਉਣ ਵਾਸਤੇ ਪਹੁੰਚੇ ਨੇ, ਤਾਂ ਖਾਸ ਤੌਰ 'ਤੇ ਪੰਜਾਬ ਪੁਲਿਸ ਵੱਲੋਂ PPR ਮਾਲ ਚਾਰ ਚਫੇਰਿਓਂ ਬੈਰੀਕੇਡਿੰਗ ਕਰਕੇ ਬੰਦ ਕੀਤਾ ਹੋਇਆ ਹੈ, ਤਾਂ ਅਮਨ ਅਤੇ ਕਾਨੂੰਨ ਦੀ ਸਥਿਤੀ 'ਤੇ ਕਾਬੂ ਰੱਖਣ ਵਾਸਤੇ ਖਾਸ ਤੌਰ 'ਤੇ ਪੰਜਾਬ ਪੁਲਿਸ ਵੱਲੋਂ ਇਹ ਜਿਹੜੇ ਪਹਿਲਕਦਮੀ ਕੀਤੀ ਗਈ ਹੈ। ਇਸ ਵਾਰ ਜਿਹੜਾ ਸਨਾਟਾ ਜ਼ਰੂਰ ਛਾਇਆ ਹੋਇਆ ਹੈ, ਤਾਂ ਜਿਹੜੇ ਪਰਿਵਾਰਾਂ ਸਮੇਤ ਲੋਕ ਇੱਥੇ ਜਸ਼ਨ ਮਨਾਉਣ ਪਹੁੰਚੇ ਨੇ ਉਹਨਾਂ ਵੱਲੋਂ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਤਾਂ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਜਿਹੜੇ ਜਸ਼ਨ ਮਨਾਉਣ ਵਾਸਤੇ ਪਹੁੰਚੇ ਹੋਏ ਨੇ, ਤਾਂ ਬਾਈ ਜੀ ਹੋਰੀ ਨੇ, ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ? ਠੀਕ ਠਾਕ? ਬਹੁਤ ਵਧੀਆ ਭਾਜੀ, ਠੀਕ ਤੁਸੀਂ ਦੱਸੋ? ਅੱਜ ਇੱਥੇ ਜਸ਼ਨ ਮਨਾਉਣ ਆਏ ਹੋ ਨਵੇਂ ਸਾਲ ਦੇ? ਭਾਜੀ ਬਹੁਤ ਵਧੀਆ ਲੱਗਾ ਇੱਥੇ ਆ ਕੇ ਜਸ਼ਨ ਮਨਾਉਣ ਆਏ ਆ ਆਪਣੇ ਫਰੈਂਡਾਂ ਨਾਲ, ਬਹੁਤ ਵਧੀਆ ਲੱਗਾ ਇੱਥੇ ਆ ਕੇ ਭਾਜੀ PPR ਵਿੱਚ। 2022 ਲੰਘ ਚੱਲਿਆ, ਅੱਜ ਖਤਮ ਹੋ ਜਾਣਾ। ਹਾਂਜੀ ਹਾਂਜੀ, ਕੀ ਕੁਛ ਰਹਿ ਗਿਆ 2022 'ਚ ਜਿਹੜਾ 23 'ਚ ਪੂਰਾ ਕਰੋਗੇ? 2022 ਵਿੱਚ ਬਹੁਤ ਕਮੀਆਂ ਪੇਸ਼ੀਆਂ ਰਹੀਆਂ ਆ ਜਿਹੜੀਆਂ ਅਸੀਂ 2023 ਵਿੱਚ ਪੂਰੀਆਂ ਕਰਾਂਗੇ, ਜੋ ਕਿ 31 December ਦਾ ਅੱਜ ਦਿਨ ਆ, ਅਸੀਂ ਇੱਥੇ ਪੂਰਾ ਕਰਨਾ ਹੈ ਕਿਉਂਕਿ 12 ਵੱਜ ਜਾਣੇ ਆ, ਉਦੋਂ ਬਾਅਦ ਅਸੀਂ ਭਰਾ ਸਾਰੇ ਕੇਕ ਨਾਲ ਸੈਲੀਬ੍ਰੇਟ ਕਰਾਂਗੇ ਇੱਥੇ, ਅਤੇ ਸਾਰੇ ਫਰੈਂਡ ਇੰਜੋਏ ਕਰਦੇ ਜਿਹੜੇ ਅਸੀਂ ਕਮੀਆਂ ਪੇਸ਼ੀਆਂ 2022 ਵਿੱਚ ਨਹੀਂ ਰੱਖਿਆ ਨਾ ਉਹ ਪੂਰੀਆਂ ਕਰਾਂਗੇ। ਕਿਹੜੀਆਂ ਕਮੀਆਂ ਰਹਿ ਗਈਆਂ ਬਾਈ ਜੀ? ਕਮੀਆਂ ਬਹੁਤ ਰਹਿ ਗਈਆਂ, ਯਾਰਾਂ ਨੂੰ ਮਨਾਉਣਾ, ਮਾਪਿਆਂ ਨੂੰ ਮਨਾਉਣਾ, ਜਿਹੜੇ ਦੁੱਖ ਦਿੱਤੇ ਆ ਉਹ ਅਸੀਂ ਦੁੱਖ ਦੂਰ ਕਰਾਂਗੇ, ਸੋ ਅਸੀਂ ਆਪਣੇ ਵੱਲ ਪੂਰਾ ਖਰਾ ਉਤਰਾਂਗੇ 2023 ਵਜੇ, ਅਸੀਂ ਤਾਂ ਅਸੀਂ ਸੈਲੀਬ੍ਰੇਟ ਕਰਨਾ ਹੈ ਭਾਜੀ। ਹਾਂਜੀ ਪਹਿਲਵਾਨ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ ਭਾਈ? ਨਾ ਪਹਿਲਵਾਨ ਜੀ ਕੀ ਹਾਲ? ਆਪਣੇ ਦਾਦਾ ਆਹ ਬੰਦਨਾ ਕਰ ਹਾਂਜੀ ਬਿਲਕੁਲ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਉੱਚਾ ਬੜੀਆਂ ਸੋਹਣੀਆਂ ਮੂਸੇ ਵਾਲੇ ਵਾਂਗੂ ਰੱਖੀਆਂ। ਹਾਂਜੀ ਹਾਂਜੀ, ਧੰਨਵਾਦ ਜੀ। ਹਾਂਜੀ ਭਾਜੀ, ਇਹ ਭਾਜੀ ਮੂਸੇ ਵਾਲੇ ਫੋਲੋ ਕਰਦਾ ਆ। ਹੋਰ ਭਾਜੀ ਕਿਦਾਂ? ਠੀਕ ਹੋ ਜੀ? ਭਾਜੀ ਕੀ ਕਰੋਗੇ ਹੁਣ 2023 ਦੇ ਵਿੱਚ? ਬਾਈ ਤਾਂ ਲੰਘ, ਜੋ ਕਮੀਆਂ ਪਿੱਛੇ ਰਹਿ ਗਈਆਂ ਆਪਾਂ ਪੂਰੀਆਂ ਕਰਾਂਗੇ, ਯਾਰਾਂ ਨਾਲ ਇੰਜੋਇਮੈਂਟ ਕਰਾਂਗੇ, ਪਰ ਸਾਨੂੰ ਇੱਕ ਨਾ ਉਹ ਚੀਜ਼ ਦਾ ਬੈਡ ਫੀਲ ਹੋਇਆ ਜਿਹੜਾ 2020 ਵਿੱਚ ਆਪਾਂ ਨੂੰ ਕਰੋਨਾ ਦੇ ਕਰਕੇ ਆਪਾਂ ਨੂੰ ਬਹੁਤ ਧੱਕਾ ਲੱਗਾ ਆ, ਉਹ ਚੀਜ਼ ਆਪਾਂ ਥੋੜ੍ਹਾ ਬਹੁਤ ਦੁੱਖ ਮੰਨਦੇ ਹਾਂ ਉਸ ਚੀਜ਼ ਨੂੰ,
ਮਤਲਬ ਆਪਾਂ ਕਹਿੰਦੇ ਵੀ ਹੁਣ ਉਸ ਨਾ ਆਪਾਂ ਉਹ ਚੀਜ਼ ਨੂੰ ਸਾਈਡ 'ਤੇ ਰੱਖ ਕੇ ਚੱਲੀਏ ਕਿਉਂਕਿ ਉਹ ਦੁਬਾਰਾ ਉਹ ਚੀਜ਼ ਨਾ ਆਵੇ ਹੁਣ ਆਪਾਂ ਨੂੰ ਲੱਗਦਾ ਵੀ ਦੁਬਾਰਾ ਸ਼ਾਇਦ ਹੁਣ ਆਪਾਂ ਨੂੰ ਮੈਸੇਜ ਆ ਰਿਹਾ ਵੀ ਸ਼ਾਇਦ ਦੁਬਾਰਾ ਉਹ ਚੀਜ਼ ਆ ਰਹੀ ਆ ਪਰ ਆਪਾਂ ਹੁਣ 2023 ਵਿੱਚ ਆਪਾਂ ਕਹਿੰਦੇ ਉਹ ਚੀਜ਼ ਨਾ ਆਵੇ ਵਾਹਿਗੁਰੂ ਭਲੀ ਕਰੇ ਮਿਹਰ ਕਰੇ ਸਾਰੇ ਭਰਾਵਾਂ 'ਤੇ ਸਾਰੇ ਭੈਣਾਂ ਭਰਾਵਾਂ 'ਤੇ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਨੂੰ ਬਸ ਇਹੀ ਚਾਹੁੰਦੇ ਆਪਾਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਵੀਰ ਭਰਾ ਬੱਚੇ ਬਜ਼ੁਰਗ ਆਪਾਂ ਨੂੰ ਦੇਖ ਰਹੇ ਨੇ ਤੁਸੀਂ ਸੁਨੇਹਾ ਕੀ ਦਿਓਗੇ ਅਸੀਂ ਸਾਰੇ ਵੀਰ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਆਪਣੇ ਆਉਣ ਵਾਲੇ ਸਮੇਂ ਸਾਰੇ ਖੁਸ਼ ਰਹਿਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਆਪਣੇ ਫੈਮਿਲੀ ਇੰਜੋਏ ਕਰਨ ਓਕੇ ਵਧੀਆ ਹੈਪੀ ਨਿਊ ਈਅਰ 2023 ਹੋਰ ਵੀ ਇੱਥੇ ਨੌਜਵਾਨ ਨੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਲੋਕ ਕਿਸ ਤਰੀਕੇ ਦੇ ਨਾਲ ਨਵੇਂ ਸਾਲ ਦੇ ਜਿਹੜੇ ਜਸ਼ਨ ਮਨਾਉਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਤਾਂ ਬਾਈ ਜੀ ਹੋਰੀ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਠੀਕ ਠਾਕ ਹੋ ਠੀਕ ਆ ਭਾਜੀ ਬਹੁਤ ਵਧੀਆ ਬਾਈ ਜੀ ਅੱਜ ਇੱਥੇ ਜਸ਼ਨ ਮਨਾਉਣ ਆਏ ਹੋ ਹਾਂਜੀ ਹਾਂਜੀ ਭਾਜੀ ਨਵੇਂ ਸਾਲ ਦਾ ਪ੍ਰੋਗਰਾਮ ਆਈ ਕਿ ਚਲੋ ਦੇਖ ਆਈਏ ਕੰਮਾਂ ਕਾਰਾਂ ਤੋਂ ਵਿਹਲੇ ਹੋਏ ਸੀਗੇ ਤਾਂ ਆ ਗਏ ਇੱਧਰ ਨੂੰ ਹਾਂਜੀ ਹਾਂਜੀ ਭਾਈ ਜੀ ਕੀ ਮਕਸਦ ਹੈ ਜਿਹੜਾ 2022 ਦੇ ਵਿੱਚ ਤੁਹਾਡਾ ਰਹਿ ਗਿਆ ਹੋਵੇ ਆਉਣ ਵਾਲੇ ਸਮੇਂ ਤੁਸੀਂ ਪੂਰਾ ਕਰਨਾ ਭਾਅ ਜੀ ਇੱਦਾਂ ਹੀ ਸੀਗਾ 2022 ਦੇ ਵਿੱਚ ਆਪਣੇ ਪੰਜਾਬ ਪੁਲਿਸ ਦੇ ਸੀਗੇ ਆਪਣੇ ਭਰਤੀਆਂ ਖੁੱਲੀਆਂ ਭਾਅ ਜੀ ਅਤੇ ਆਪਾਂ ਟਰਾਇਲ ਟਰੂਲ ਦਿੱਤੇ ਸੀ ਭਾਅ ਜੀ ਪੇਪਰ ਵੀ ਆਪਣਾ ਕਲੀਅਰ ਹੋ ਗਿਆ ਸੀਗਾ ਟਰਾਇਲ ਵੀ ਕਲੀਅਰ ਸੀ ਸਾਰਾ ਕੁਝ ਕਲੀਅਰ ਹੋ ਗਿਆ ਸੀ ਅਤੇ ਕਹਿ ਲਓ ਵੀ ਸਰਕਾਰਾਂ ਮਾੜੀਆਂ ਵਾ ਅਤੇ ਆਪਣਾ ਨਾਮ ਹੀ ਨਹੀਂ ਆਇਆ ਵਾ ਲਿਸਟ ਦੇ ਵਿੱਚ ਨਹੀਂ ਆਇਆ ਸਾਰਾ ਕੁਝ ਕਲੀਅਰ ਸੀਗਾ ਭਾਅ ਜੀ ਮਤਲਬ ਜਿੰਨੀ ਰਿਕੁਆਇਰਮੈਂਟ ਸੀ ਉਹ ਤੋਂ ਆਪਣਾ ਜ਼ਿਆਦਾ ਵਧੀਆ ਹੀ ਸੀਗਾ ਅਤੇ ਕੱਦਕਾਠ ਵੀ ਬੜਾ ਵੱਡਾ ਹੈ ਕਿੰਨੇ 6 ਫੁੱਟ ਤਾਂ ਉੱਪਰ ਹੀ ਲੱਗਦਾ ਹਾਂਜੀ 6.5 ਫੁੱਟ ਆ ਭਾਅ ਜੀ ਮੇਰਾ ਕੱਦ ਹਾਂਜੀ ਹਾਂਜੀ ਅਤੇ ਪਰ ਕੋਈ ਫਾਇਦਾ ਨਹੀਂ ਹੋਇਆ ਜੀ ਨੌਕਰੀ ਨਹੀਂ ਮਿਲੀ ਆ ਬਹੁਤ ਧੱਕੇ ਖਾਧੇ ਆ ਨੌਕਰੀ ਵਾਸਤੇ ਕੰਮ ਛੱਡ ਕੇ ਪ੍ਰਾਈਵੇਟ ਜੋਬ ਛੱਡ ਕੇ ਭਾਅ ਜੀ ਮੈਂ 2-3 ਮਿਹਨਤ ਕਰਦਾ ਰਿਹਾ ਕੰਮ ਛੱਡ ਕੇ ਵੀ ਚਲੋ ਵਧੀਆ ਨੌਕਰੀ ਮਿਲ ਜੂ ਸਰਕਾਰੀ ਲਾਈਫ ਵਧੀਆ ਹੋ ਜੂਗੀ ਅਤੇ ਪਰ ਨਹੀਂ ਭਾਅ ਜੀ ਮਿਲੀ ਨਹੀਂ ਕਿ ਤੁਹਾਨੂੰ ਪਤਾ ਪੈਸੇ ਆ ਜਾਂ ਫਰਮਾਇਸ਼ ਚੱਲਦੀ ਆ ਅੱਜ ਕੱਲ੍ਹ ਅਤੇ ਸੁਪਨਾ ਸੀ ਛੋਟੇ ਹੁੰਦੇ ਤੱਕ ਪੰਜਾਬ ਪੁਲਿਸ 'ਚ ਭਰਤੀ ਹੋਣਾ ਅਤੇ ਪਰ ਗੱਲ ਨਹੀਂ ਬਣੀ ਹੁਣ ਇਹੀ ਆ ਕਿ ਭਾਅ ਜੀ ਕਿ ਬਾਹਰ ਦਾ ਹੀ ਕਿਤੇ ਸੋਚਦੇ ਹਾਂ ਹੁਣ ਬਾਹਰ ਹੀ ਕਿਤੇ ਜਾਵਾਂਗੇ ਕਿਉਂ ਇੱਧਰ ਤੋਂ ਨੌਕਰੀ ਮਿਲਣਾ ਔਖਾ ਹੀ ਲੱਗ ਰਿਹਾ ਵਾ ਜੋ ਬਾਹਰ ਜਾਣ ਦਾ ਕੀ ਮਕਸਦ ਬਾਹਰ ਦਰਖਤਾਂ ਨੂੰ ਲੱਗਦੇ ਪੈਸੇ ਲੋਕ ਤਾਂ ਕਹਿੰਦੇ ਵੀ ਨੌਜਵਾਨ ਜਹਾਜ਼ ਭਰ ਬਾਹਰ ਹੀ ਜਾਈ ਜਾਂਦੇ ਆ ਇੱਥੇ ਤਾਂ ਵਧੀਆ ਰੁਜ਼ਗਾਰ ਆ ਸਰਕਾਰਾਂ ਆਉਂਦੀਆਂ ਨੇ ਬਦਲਾਅ ਦਾ ਹੋਕਾ ਦੇ ਕੇ ਆਮ ਆਦਮੀ ਪਾਰਟੀ ਵੀ ਸੱਤਾ 'ਚ ਆਈ ਹੈ ਬੇਰੁਜ਼ਗਾਰੀ ਨੂੰ ਜੜੋਂ ਖਤਮ ਕਰਨ ਦਾ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਸਰਕਾਰ ਬਣਦੀ ਹੈ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਬਦਲਾਅ ਲਿਆਵਾਂਗੇ ਬਦਲਾਅ ਆਇਆ ਨਹੀਂ ਭਾਅ ਜੀ ਕਹਿਣ ਨੂੰ ਹੀ ਆ ਕਹਿਣ ਨਾਲ ਥੋੜ੍ਹੀ ਗਰਾਊਂਡ ਫਲੋਰ 'ਤੇ ਹੋਣਗੇ ਤਾਂ ਪਤਾ ਲੱਗੇ ਨਾ ਕਿ ਉੱਥੇ ਬੈਠੇ ਗੱਲਾਂ ਕਰੀ ਜਾਂਦੇ ਆ ਜਾਣ ਦਾ ਪਤਾ ਲੱਗੇ ਕਿੱਦਾਂ ਬੇਰੁਜ਼ਗਾਰੀ ਕਿੰਨੀ ਗਾ ਅਤੇ ਹੁਣ ਪ੍ਰਾਈਵੇਟ ਜੋਬ ਕਰਦੇ ਹਾਂ ਭਾਅ ਜੀ ਤਨਖਾਹਾਂ ਉਨੀਆਂ ਗਾ ਮਹਿੰਗਾਈ ਜ਼ਿਆਦਾ ਆ ਹੁਣ ਸਬਜ਼ੀ ਲਾ ਲਓ 100-150 ਰੁਪਏ ਤੋਂ ਕਿਲੋ ਘੱਟ ਨਹੀਂ ਹੈਗੀ ਆ ਅਤੇ ਡੇਲੀ ਦਾ ਦੁੱਧ ਪਾਣੀ ਚਾਹ ਪੱਤੀ ਸਭ ਕੋ 700-800 ਰੁਪਈਆ ਬੰਦੇ ਲਾ ਜਾਂਦਾ ਤਨਖਾਹ ਦਿਹਾੜੀ ਹੈਗੀ ਆ 200-300 ਰੁਪਈਆ ਬੰਦੇ ਦੀ 400 ਆ ਅਤੇ ਬਹੁਤ ਔਖਾ ਭਾਅ ਜੀ ਬਾਹਰ ਇੱਦਾਂ ਭਾਅ ਜੀ ਬਾਹਰ ਤਾਂ ਜਾਂਦੇ ਆ ਕਿ ਚਲੋ ਵੀ ਜਿੰਨੀ ਕੁ ਕਮਾਈ ਆ ਉਸ ਹਿਸਾਬ ਨਾਲ ਉੱਥੇ ਮਹਿੰਗਾਈ ਆ ਕਿ ਇਹ ਨਹੀਂ ਹੈਗਾ ਕਿ ਲੋੜੋਂ ਵੱਧ ਮਹਿੰਗਾਈ ਨਹੀਂ ਗੀ ਜਿੰਨੀ ਕੁ ਸੈਲਰੀ ਆ ਉਸ ਹਿਸਾਬ ਨਾਲ ਬੰਦੇ ਦਾ ਸਰਕਲ ਵਧੀਆ ਚੱਲ ਜਾਂਦਾ ਵਾ ਸੇਵਿੰਗ ਕਰ ਸਕਦਾ ਅਤੇ ਇੱਥੇ ਉਹ ਚੀਜ਼ਾਂ ਹੈ ਨਹੀਂ ਗੀਆਂ ਭਾਅ ਜੀ ਉੱਥੇ ਜੇ ਬੰਦਾ ਟੈਕਸ ਵੀ ਪੇ ਕਰਦਾ ਤਾਂ ਭਾਅ ਜੀ ਉਹਦੀਆਂ ਸਹੂਲਤਾਂ ਮਿਲਦੀਆਂ ਮੈਡੀਕਲ ਫ੍ਰੀ ਮਿਲ ਜਾਂਦਾ ਸਾਰਾ ਕੁਝ ਐਜੂਕੇਸ਼ਨ ਫ੍ਰੀ ਆ ਚਲੋ ਅਤੇ ਕਈ ਕੁਛ ਸਹੂਲਤਾਂ ਮਿਲ ਜਾਂਦੀਆਂ ਭਾਅ ਜੀ ਇੱਥੇ ਟੈਕਸ ਵੀ ਆਪਾਂ ਪੇ ਕਰੀਦਾ ਤਾਂ ਵੀ ਕੁਛ ਨਹੀਂ ਮਿਲਦਾ ਆਪਾਂ ਨੂੰ ਕਿ ਧੱਕਈ ਆ ਫੇ ਵੀ ਅਤੇ ਇਸੇ ਕਰਕੇ ਭਾਅ ਜੀ ਬਾਹਰ ਨੂੰ ਭੱਜਦੇ ਆ ਅੱਛਾ ਭਾਅ ਜੀ ਤੁਸੀਂ ਪੰਜਾਬ ਪੁਲਿਸ ਦੀ ਭਰਤੀ ਦੇ ਟ੍ਰਾਇਲ ਦੇਖੇ ਕਿਹੜੇ ਰੀਜ਼ਨ ਨੂੰ ਲੈ ਕੇ ਤੁਹਾਨੂੰ ਕਾਲ ਨਹੀਂ ਆਈ ਜਾਂ ਤੁਹਾਨੂੰ ਨਹੀਂ ਰੱਖਿਆ ਗਿਆ ਪੰਜਾਬ ਪੁਲਿਸ ਦੇ ਵਿੱਚ ਕੋਈ ਕਮੀ ਵੀ ਹੋ ਸਕਦੀ ਭਾਅ ਜੀ ਤੁਹਾਡੇ 'ਚ ਭਾਅ ਜੀ ਕਮੀ ਕਿਹੜੀ ਹੋ ਸਕਦੀ ਆ ਇੱਕ ਤਾਂ ਚਲੋ ਫਿਜ਼ੀਕਲ ਟੈਸਟ ਸੀਗਾ ਇੱਕ ਆਪਣਾ ਸਟੱਡੀ ਵਾਲਾ ਸੀਗਾ ਨਾ ਜਿਹੜਾ ਪੇਪਰ ਸੀਗਾ ਮੇਰਾ ਉਹ ਵੀ ਕਲੀਅਰ ਸੀਗਾ ਭਾਅ ਜੀ ਸਟੱਡੀ ਵਾਲਾ ਮਤਲਬ ਜਿੰਨੇ ਨੰਬਰ ਚਾਹੀਦੇ ਉਹ ਤੋਂ ਵੱਧ ਸੀਗੇ ਟ੍ਰਾਇਲ ਵੀ ਮੈਂ ਪਹਿਲਾਂ ਕਲੀਅਰ ਕਰ ਲਈ ਜੋ ਟਾਈਮਿੰਗ ਸੀ ਨਾ ਜੰਪ ਵਗੈਰਾ ਸਾਰਾ ਕੁਝ ਹੀ ਮੇਰਾ ਸਾਰਾ ਕਲੀਅਰ ਸੀ ਵਧੀਆ ਸੀ ਭਾਅ ਜੀ ਅਤੇ ਪਰ ਪਤਾ ਨਹੀਂ ਕੀ ਆ ਬਾਕੀ ਉਹਨਾਂ ਨੂੰ ਪਤਾ ਹੋਊਗਾ ਕਿਉਂ ਨਹੀਂ ਕੀਤਾ ਜਿੱਦਾਂ ਹੁਣ ਨੌਜਵਾਨ ਜਹਾਜ਼ ਭਰ ਆਪਾਂ ਦਿੱਲੀ ਏਅਰਪੋਰਟ ਤੋਂ ਦੇਖਦੇ ਕਹਿੰਦੇ ਸਭ ਤੋਂ ਜ਼ਿਆਦਾ ਪੰਜਾਬੀ ਬਾਹਰ ਜਾਂਦੇ ਨੇ ਪੰਜਾਬੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਜੇ ਆਪਾਂ ਨੌਜਵਾਨ ਹੀ ਪੰਜਾਬ 'ਚੋਂ ਬਾਹਰ ਜਾਈ ਜਾਊਂਗੇ ਤਾਂ ਪੰਜਾਬ ਤਾਂ ਬਾਈ ਖਾਲੀ ਹੋ ਜਾਊਗਾ ਦੂਸਰੇ ਸੂਬਿਆਂ 'ਚੋਂ ਆ ਕੇ ਇੱਥੇ ਨੌਜਵਾਨ ਰਹਿਣਗੇ ਯੂਪੀ ਬਿਹਾਰ ਦੀ ਖਾਸ ਤੌਰ 'ਤੇ ਗੱਲ ਹੁੰਦੀ ਵੀ ਉਹੀ ਰਾਜ ਕਰਨਗੇ ਸਾਡੇ 'ਤੇ ਫਿਰ ਜਿਹੜਾ ਰੰਗਲਾ ਪੰਜਾਬ ਸੀਗਾ ਜਾਂ ਸੋਨੇ ਦੀ ਚਿੜੀ ਸੀਗਾ ਪੰਜਾਬ ਉਹ ਤਾਂ ਫਿਰ ਬਾਈ ਖਤਮ ਹੋ ਜਾਊਗਾ ਭਾਅ ਜੀ ਖਤਮ ਇੱਦਾਂ ਹੀ ਆ ਕਿ ਸਰਕਾਰਾਂ ਦੇ ਹੀ ਆ ਭਾਅ ਜੀ ਸਰਕਾਰਾਂ ਜੇ ਚੰਗੀਆਂ ਹੋਣ ਤਾਂ ਕਿਉਂ ਜਾਈਏ ਜੇ ਆਪਾਂ ਨੂੰ ਇੱਧਰ ਵਧੀਆ ਰੋਟੀ ਖਾਣ ਨੂੰ ਮਿਲਦੀ ਹੋਵੇ ਆਪਣਾ ਰੁਜ਼ਗਾਰ ਵਧੀਆ ਹੋਵੇ ਕਿਉਂ ਜਾਂਦਾ ਕੋਈ ਘਰ ਛੱਡ ਕੇ ਭਾਅ ਜੀ ਘਰ ਤੋਂ ਦੂਰ ਰਹਿੰਦਾ ਇਕੱਲਾ ਕਿ ਨਹੀਂ ਕਿਉਂ ਕੋਈ ਔਖਾ ਹੋ ਜਾਂਦਾ ਇੱਕ ਦਿਨ ਘਰ ਤੋਂ ਬਿਨਾਂ ਰਹਿਣਾ ਅਤੇ ਇੰਨੇ ਸਾਲ ਕੱਢ ਲੈਂਦੇ ਆ ਸਟਰਗਲ ਕਰਦੇ ਆ ਇੰਨਾ ਔਖਾ ਰਹਿੰਦੇ ਆ ਉਹ ਇਸੇ ਕਰਕੇ ਆ ਕਿ ਫਿਊਚਰ ਥੋੜ੍ਹਾ ਬ੍ਰਾਈਟ ਹੋ ਜੂਗਾ ਜੇ ਇੱਥੇ ਆਪਣੇ ਪੰਜਾਬ 'ਚ ਹੀ ਸਾਰਾ ਕੁਝ ਆਪਾਂ ਨੂੰ ਮਿਲ ਜਾਵੇ ਤਾਂ ਆਪਾਂ ਕਿਉਂ ਜਾਈਏ ਭਾਅ ਜੀ ਬਾਹਰ ਅਤੇ ਇਸੇ ਕਰਕੇ ਜਾਂਦੇ ਆ ਬਾਹਰ ਭਾਅ ਜੀ ਕਿ ਥੋੜ੍ਹਾ ਸੌਖੇ ਹੋ ਜਾਂਦੇ ਆ ਪਿੱਛੇ ਪਰਿਵਾਰ ਸੌਖਾ ਹੋ ਜਾਂਦਾ ਭਾਅ ਜੀ ਇਹੀ ਚੀਜ਼ ਕੁੱਲ ਮਿਲਾ ਕੇ ਯੋਗਤਾ ਦੇ ਅਨੁਸਾਰ ਤੁਹਾਡੀ ਯੋਗਤਾ ਵੀ ਸੀ ਤੁਹਾਡਾ 6.5 ਫੁੱਟ ਕਿੰਨੇ ਫੁੱਟ ਕਰਦੇ 6.5 ਇੰਚ ਆ ਭਾਅ ਜੀ 6 ਫੁੱਟ 5
ਨੌਜਵਾਨ ਜਿਹੜੇ ਹੈ ਨਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਹੈ ਨਾ ਗਲਤ ਸਟੈਪ ਵੱਲ ਜਾਂਦੇ ਨੇ, ਤੁਹਾਡੇ ਮਨ 'ਚ ਕਦੇ ਉਸ ਤਰ੍ਹਾਂ ਦਾ ਖਿਆਲ ਆਇਆ ਸੀ? ਮੈਂ ਵੈਸੇ ਉੱਦਾਂ ਬਹੁਤ ਟੁੱਟ ਗਿਆ ਮੈਂ ਭਾਜੀ, ਉਸ ਤੋਂ ਬਾਅਦ ਘੱਟੋ ਘੱਟ 7-8 ਮਹੀਨੇ ਹੋ ਗਏ ਮੈਂ ਕਦੇ ਗਰਾਊਂਡ 'ਚ ਗਿਆ ਨੀਗਾ, ਮਿਹਨਤ ਨਹੀਂ ਕੀਤੀ, ਜਿੰਮ ਨਹੀਂ ਗਿਆ, ਖੇਡਿਆ ਨਹੀਂ, ਵਾਲੀਬਾਲ ਖੇਡਦਾ ਹੈਗਾ ਕਿ ਬਸ ਇਸੇ ਚੱਕਰ 'ਚ ਹੀ ਗਿਆ ਲੋ, ਕੋਈ ਦਿਲ ਜਿਹਾ ਹੀ ਟੁੱਟ ਗਿਆ ਕਿ ਮਨ ਹੀ ਟੁੱਟ ਗਿਆ। ਮੈਂ ਭਾਜੀ ਕੰਮ ਛੱਡ ਕੇ ਆਪਦਾ 2 ਟਾਈਮ ਜਾਂਦਾ ਹੁੰਦਾ ਸੀ ਗਰਾਊਂਡ। ਕਾਰੋਬਾਰ ਛੱਡਿਆ ਤੁਸੀਂ? ਕੀ ਕੰਮ ਕਰਦੇ ਸੀਗੇ? ਜੋਬ ਕਰਦਾ ਸੀ ਭਾਜੀ ਮੈਨੂਫੈਕਚਰਿੰਗ ਕੰਪਨੀ ਦੇ ਵਿੱਚ। ਕਿੰਨੀ ਸੈਲਰੀ ਸੀ ਭਾਈ? ਉੱਥੇ ਸੀਗੀ ਭਾਜੀ 10,000 ਹੀ ਆ, ਅਤੇ ਉਹ ਛੱਡ ਕੇ ਭਾਜੀ ਮੈਂ ਉਸ ਟਾਈਮ ਕਿ ਚਲੋ ਆਸ ਸੀਗੀ ਚਲੋ ਆਪਣੇ ਗੌਰਮੈਂਟ ਜੋਬ ਮਿਲ ਜੂਗੀ ਤਾਂ ਥੋੜ੍ਹੇ ਵਧੀਆ ਹੋ ਜਾਵਾਂਗੇ, ਅਤੇ ਉਹ ਛੱਡ ਕੇ ਭਾਜੀ ਮੈਂ ਸਵੇਰ ਸ਼ਾਮ ਜਾਂਦਾ ਰਿਹਾ ਮਿਹਨਤ ਲਾਉਣ ਗਰਾਊਂਡ 'ਤੇ ਕਿ ਵਧੀਆ ਹੋ ਜੂਗਾ ਸਾਰਾ ਕੁਛ। ਪਰ ਭਾਜੀ ਨਹੀਂ, ਸਰਕਾਰਾਂ ਮਾੜੀਆਂ ਆਪਣੀਆਂ ਕਿੱਥੇ ਦਿੰਦੀਆਂ ਨਹੀਂ ਨੌਕਰੀ ਭਾਜੀ, ਫਰਮਾਇਸ਼ ਵਾਲੇ ਦੀ ਆ ਜਾਂ ਪੈਸੇ ਵਾਲੇ ਦੀ ਆ ਨੌਕਰੀ ਭਾਜੀ, ਹੋਰ ਕਿਸੇ ਦੀ ਨਹੀਂ ਹੈਗੀ। ਕੀ ਰੀਜ਼ਨ ਮੰਨਦੇ ਹੋ ਤੁਹਾਡੇ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਵੀ ਤੁਹਾਨੂੰ ਨੌਕਰੀ ਨਹੀਂ ਮਿਲੀ ਬਾਹਰਲੇ ਸੂਬਿਆਂ ਤੋਂ ਆ ਕੇ? ਜੇ ਗੱਲ ਕਰ ਲਈਏ ਲੱਖਾ ਸਿਧਾਣਾ ਵੱਲੋਂ ਵੀ ਜਿਹੜਾ ਹੈ ਨਾ ਇਹ ਸੰਘਰਸ਼ ਵਿੱਢਿਆ ਗਿਆ ਕਿ ਦੂਸਰੇ ਸੂਬਿਆਂ ਤੋਂ ਆ ਕੇ ਲੋਕ ਸਾਡੇ 'ਤੇ ਰਾਜ ਕਰ ਰਹੇ ਨੇ ਅਤੇ ਸਾਡੇ ਪੰਜਾਬੀ ਧੜਾ ਧੜ ਵਿਦੇਸ਼ਾਂ ਵੱਲ ਭੱਜ ਰਹੇ ਨੇ, ਤਾਂ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਹੈ ਤੁਹਾਨੂੰ ਯੋਗਤਾ ਅਨੁਸਾਰ ਜਿਹੜੀ ਨੌਕਰੀ ਨਹੀਂ ਮਿਲੀ? ਹਾਂਜੀ ਭਾਅ ਜੀ, ਇਹੀ ਆ ਫਿਰ ਕਹਿ ਸਕਦੇ ਕਿ ਹੁਣ ਜਾਂ ਕਿਸਮਤ ਲਾ ਲਓ ਅਤੇ ਜਾਂ ਫਿਰ ਆਪਣੇ ਜਿਹੜੇ ਉੱਥੇ ਬੈਠੇ ਸੀਗੇ ਕਲੀਅਰ ਕਰਦੇ ਜਿਹੜੇ ਲਿਸਟ 'ਚ ਨਾਮ ਪਾਉਂਦੇ ਸੀ ਉਹਨਾਂ ਵੱਲੋਂ ਕੁਛ ਹੋ ਗਿਆ ਪਤਾ ਨਹੀਂ ਭਾਅ ਜੀ। ਉਸ ਟਾਈਮ ਬਹੁਤ ਪ੍ਰੋਟੈਸਟ ਕੀਤਾ ਮੈਂ ਇਕੱਲਾ ਨਹੀਂ ਭਾਅ ਜੀ, ਅਤੇ ਕਾਫੀ ਜਣੇ ਤੁਸੀਂ ਦੇਖਿਆ ਹੁਣ ਉਸ ਟਾਈਮ ਤੁਸੀਂ ਵੀ ਕੀਤੇ ਹੋਣਾ ਮੈਂ ਟੈਲੀਕਾਸਟ ਉੱਥੋਂ ਕਿ ਹਰੇਕ ਸੂਬੇ ਦੇ ਵਿੱਚ ਸਾਰਿਆਂ ਨੇ ਆਪਣੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਸੀ ਸਾਰਿਆਂ ਨੇ ਉਸ ਟਾਈਮ ਪ੍ਰੋਟੈਸਟ ਕੀਤਾ ਕਿ ਸਾਡਾ ਨਾਮ ਕਿਉਂ ਲਿਸਟ 'ਚ ਆਇਆ, ਸਾਰਾ ਕੁਛ ਕਲੀਅਰ ਸੀਗਾ ਅਤੇ ਫੇਰ ਵੀ ਨਹੀਂ ਆਇਆ ਭਾਅ ਜੀ। ਉਹਦੇ ਵਿੱਚ ਤੁਸੀਂ ਦੇਖੋਗੇ ਕਿਤੇ ਨਾਮ ਲਿਸਟ ਦੇਖੋਗੇ ਪਤਾ ਨਹੀਂ ਕਿਹੜੇ ਬਲੈਤੀਆਂ ਦੇ ਨਾਮਾਂ ਵਿੱਚ ਅੰਗਰੇਜ਼ੀ ਨਾਮ, ਅੰਗਰੇਜ਼ੀ ਨਾਮ ਕਿਹਨਾਂ ਦੇ ਆ ਭਾਅ ਜੀ ਆਪਣੇ ਇੱਧਰ ਰੱਖਦੇ ਆ, ਬਹੁਤ ਰੇਅਰ ਵਾ, ਅਤੇ ਉਹ ਪਤਾ ਨਹੀਂ ਕਿੱਥੋਂ ਨਾਮ ਆਏ ਹੋਏ ਆ, ਜਿਹੜਿਆਂ ਨੇ ਕਲੀਅਰ ਕੀਤੇ ਉਹਨਾਂ ਦੇ ਨਾਮ ਨਹੀਂ ਆਏ ਭਾਅ ਜੀ। ਅਤੇ ਇਹ ਚੀਜ਼ਾਂ ਵਾ ਕਿ ਚਲੋ ਸਰਕਾਰ ਮਾੜੀ ਹੋ ਸਕਦੀ ਹੈ, ਇਹੀ ਆ ਫਿਰ ਬਈ। ਸਮਾਜ ਸੇਵੀ ਲੱਖਾ ਸਿਧਾਣੇ ਬਾਰੇ ਜਾਣਦੇ ਹੋ? ਹਾਂਜੀ ਭਾਅ ਜੀ, ਹਾਂਜੀ। ਲੱਖੇ ਸਿਧਾਣੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਵੀ ਦੂਸਰੇ ਸੂਬਿਆਂ ਤੋਂ ਆ ਕੇ ਜਿਹੜੇ ਲੋਕ ਨੇ ਉਹ ਸਾਡੇ 'ਤੇ ਰਾਜ ਕਰ ਰਹੇ ਨੇ, ਤਾਂ ਲੱਗਦਾ ਨਹੀਂ ਨੌਜਵਾਨਾਂ ਨੂੰ ਲੱਖਾ ਸਿਧਾਣਾ ਦਾ ਜਿਹੜਾ ਸੰਘਰਸ਼ ਵਿੱਢਿਆ ਗਿਆ ਲੱਖਾ ਸਿਧਾਣਾ ਵੱਲੋਂ ਉਹਦਾ ਸਹਿਯੋਗ ਕਰਨਾ ਚਾਹੀਦਾ ਵੱਡੀ ਗਿਣਤੀ ਦੇ ਵਿੱਚ, ਜਿਵੇਂ ਤੁਹਾਡੇ ਵਰਗੇ ਨਿਰਾਸ਼ ਨੌਜਵਾਨ ਨੇ ਉਹਨਾਂ ਵੱਲੋਂ ਹਮਾਇਤ ਕਰਨੀ ਚਾਹੀਦੀ ਲੱਖੇ ਸਿਧਾਣੇ ਦੀ? ਭਾਅ ਜੀ ਹਮਾਇਤ ਕਰਨੀ ਚਾਹੀਦੀ ਆ, ਪਰ ਕਿਉਂਕਿ ਘਰ ਦਾ ਵੀ ਨਹੀਂ ਨਾ ਭਾਅ ਜੀ ਸਰਦਾ ਫਿਰ, ਕਿਉਂਕਿ ਜੋ ਸਿਰ 'ਤੇ ਜ਼ਿੰਮੇਵਾਰੀਆਂ ਹੁੰਦੀਆਂ ਭਾਅ ਜੀ, ਫਿਰ ਬੰਦਾ ਪਹਿਲਾਂ ਪਰਿਵਾਰ ਦਾ ਸੋਚਦਾ ਵਾ ਕਿਉਂ ਅੱਜ ਦੇ ਯੁੱਗ ਦੇ ਵਿੱਚ ਕਿ ਮਾਂ ਪਿਓ ਨੂੰ ਦੇਖਣਾ ਵਾ, ਸਭ ਕੁਛ ਕਰਨਾ, ਫਿਰ ਉਸੇ ਚੱਕਰ ਦੇ ਵਿੱਚ ਬੰਦਾ ਇਹੀ ਸੋਚਦਾ ਕਿ ਆਪਾਂ ਬਾਹਰ ਹੀ ਚੱਲੀਏ ਜੇ ਇੱਧਰ ਨਹੀਂ ਆਪਣਾ ਵਧੀਆ ਹੈਗਾ, ਅਤੇ ਗਾਂਹ ਦੀ ਬੰਦਾ ਸੋਚਦਾ ਭਾਅ ਜੀ ਆਪਣਾ ਫਿਊਚਰ ਹੀ ਬ੍ਰਾਈਟ ਕਰਦਾ ਵਾ, ਚਲੋ ਉਹ ਵੀ ਵਧੀਆ ਚੀਜ਼ ਆ ਭਾਅ ਜੀ। ਲੱਖੇ ਭਾਅ ਜੀ ਹੁਣੀ ਉਹਨਾਂ ਦੀ ਸੋਚ ਬਹੁਤ ਵਧੀਆ ਵਾ, ਆਪਣੇ ਤੋਂ ਸੀਨੀਅਰ ਵਾ, ਉਹਨਾਂ ਨੂੰ ਸਾਰਾ ਪਤਾ ਵਾ ਕਿ ਉਹ ਵੀ ਵਧੀਆ ਆਪਣਾ ਪ੍ਰੋਟੈਸਟ ਕਰ ਰਹੇ ਕਿ ਇੱਧਰ ਰਹਿਣਾ ਚਾਹੀਦਾ, ਜੇ ਇੱਧਰ ਆਪਾਂ ਨੂੰ ਭਾਅ ਜੀ ਕੰਮ ਵਧੀਆ ਮਿਲੂਗਾ ਤਾਂ ਆਪਾਂ ਇੱਥੇ ਰਵਾਂਗੇ, ਜ਼ਰੂਰ ਰਵਾਂਗੇ, ਅਤੇ ਆਪਾਂ ਨੂੰ ਕੀ ਲੋੜ ਆ ਫਿਰ ਬਾਹਰ ਜਾਣ ਦੀ ਧੱਕੇ ਖਾਣ ਦੀ, ਕਿਉਂਕਿ ਉੱਥੇ ਆਪਾਂ ਇੱਕ ਹਿਸਾਬ ਦੀ ਕਹਿ ਲਓ ਵੀ ਨੌਕਰ ਬਣ ਕੇ ਰਹਿਣਾ ਉਹਨਾਂ ਦੇ, ਆਪਣਾ ਇੱਥੇ ਆਪਾਂ ਆਪਣੇ ਰਾਜ ਹਾਂ, ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਆਪਣੇ ਘਰ ਦੇ ਵਿੱਚ ਰਹਿ ਰਹੇ ਹਾਂ, ਅਤੇ ਆਪਣਾ ਇੱਥੇ ਸਗੋਂ ਵਧੀਆ ਵਾ ਪੂਰਾ। ਅਤੇ ਹੁਣ 2023 ਦੇ ਵਿੱਚ ਤੁਸੀਂ ਵਿਦੇਸ਼ ਨੂੰ ਜਾਓਗੇ ਜਿਵੇਂ ਬਾਕੀ ਨੌਜਵਾਨ ਜਾ? ਹਾਂਜੀ ਹਾਂਜੀ ਭਾਅ ਜੀ, ਵਿਦੇਸ਼ ਦਾ ਹੀ ਆ ਹੁਣ, ਹੋਰ ਕੋਈ ਆਪਸ਼ਨ ਨਹੀਂ ਭਾਅ ਜੀ, ਕਿ ਕਹਿ ਲਓ ਕਿ ਇਹੀ ਸੀਗਾ ਕਿ ਨੌਕਰੀ ਮਿਲ ਜੂਗੀ ਤਾਂ ਵਧੀਆ ਹੋ ਜੂਗੀ ਆਪਣਾ ਲਾਈਫ, ਅਤੇ ਪ੍ਰਾਈਵੇਟ ਜੋਬ ਦਾ ਭਾਅ ਜੀ ਤੁਹਾਨੂੰ ਪਤਾ ਵਾ ਕਿ ਇੰਨੀਆਂ ਸੈਲਰੀਆਂ ਹੈ ਨਹੀਂ ਗੀਆਂ, ਜਿੰਨੀਆਂ ਮਹਿੰਗਾਈ ਹੁਣ ਜ਼ਿਆਦਾ ਹੋਈ ਆ, ਤਨਖਾਹ ਥੋੜ੍ਹੀ ਆ ਭਾਅ ਜੀ, ਸਰਦਾ ਨਹੀਂ ਹੈਗਾ ਵਾ। ਹਾਂਜੀ ਹਾਂਜੀ, ਇਸ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਠਾਕ ਭਾਅ ਜੀ। ਨੌਜਵਾਨ ਸਾਰੇ ਬਾਹਰ ਨੂੰ ਜਾ ਰਹੇ ਨੇ, ਤੁਸੀਂ ਤੁਹਾਡਾ ਕੀ ਮਕਸਦ ਹੈ 2023 ਦਾ? ਅਸੀਂ ਭਾਅ ਜੀ ਆਪ ਯੂਪੀ ਦੇ ਵਿੱਚ ਕੰਮ ਕਰਨ ਡਏ ਹਾਂ। ਯੂਪੀ 'ਚ ਕੰਮ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ ਭਾਅ ਜੀ। ਪੰਜਾਬੀ ਹੋ ਬਾਈ ਜੀ? ਹਾਂਜੀ ਹਾਂਜੀ ਪੰਜਾਬੀ। ਪੰਜਾਬੀ ਯੂਪੀ 'ਚ ਕੰਮ ਕਰ ਰਹੇ, ਯੂਪੀ ਵਾਲੇ ਇੱਧਰ ਆ ਰਹੇ, ਚੱਲ ਕੀ ਰਿਹਾ ਹੈ? ਲੱਗਦਾ ਨਹੀਂ ਜਿਹੜੇ ਪੰਜਾਬੀਆਂ ਨੂੰ ਇੱਥੇ ਕੰਮ ਕਰਨਾ ਚਾਹੀਦਾ, ਯੂਪੀ ਵਾਲੇ ਇੱਧਰ ਆਉਂਦੇ ਨੇ, ਤੁਸੀਂ ਯੂਪੀ ਜਾ ਰਹੇ ਹੋ? ਸਾਨੂੰ ਤਾਂ ਹਜੇ ਤੱਕ ਇਹ ਗੱਲ ਭਾਅ ਜੀ, ਸਾਨੂੰ ਤਾਂ ਹਜੇ ਤੱਕ ਆਪ ਨਹੀਂ ਇਹ ਗੱਲ ਸਮਝ ਆਈ ਕਿ ਯੂਪੀ ਵਾਲੇ ਇੱਥੇ 4-4, 5-5 ਹਜ਼ਾਰ 'ਤੇ ਕੰਮ ਕਰਨ ਡੇ, ਅਸੀਂ ਯੂਪੀ ਜਾ ਕੇ ਕੰਮ ਕਰਨ ਡੇ ਹਾਂ। ਬਾਈ ਇੰਨੀ ਕੀ ਨੌਬਤ ਆ ਗਈ ਤੁਹਾਨੂੰ ਯੂਪੀ ਵੱਲੋਂ ਜਾਣਾ ਪੈ ਗਿਆ? ਯੂਪੀ ਵਾਲੇ ਤਾਂ ਇੱਧਰ ਆਉਂਦੇ, ਉਹ ਕਹਿੰਦੇ ਸਾਡੇ ਉੱਧਰ ਕੰਮ ਨਹੀਂ ਹੈਗਾ, ਤੁਸੀਂ ਪੰਜਾਬ ਛੱਡ ਕੇ ਆਪਣਾ ਰੰਗਲਾ ਪੰਜਾਬ ਛੱਡ ਕੇ ਯੂਪੀ ਵੱਲੋਂ ਜਾ ਰਹੇ ਹੋ? ਇਹ ਵੀ ਭਾਅ ਜੀ ਹੁਣ ਜਿੱਦਾਂ ਹੁਣ ਆਪਾਂ ਪੰਜਾਬ 'ਚ ਕੰਮ ਕਰਦੇ, ਆਪਾਂ 4-4, 5-5 ਹਜ਼ਾਰ 'ਤੇ ਆਪਾਂ ਕੰਮ ਨਹੀਂ ਕਰ ਸਕਦੇ ਨਾ ਪੰਜਾਬ ਦੇ ਵਿੱਚ, ਇਸ ਕਰਕੇ ਆਪਾਂ ਨੂੰ ਇਹ ਕੰਮ ਛੱਡ ਕੇ ਯੂਪੀ ਜਾਣਾ ਪੈਣ ਡਿਆ ਭਾਅ ਜੀ। ਇਹ ਚੱਕਰ ਯੂਪੀ ਵਾਲੇ ਕਹਿੰਦੇ ਆ ਸਾਡੇ ਉੱਧਰ ਕੰਮ ਨਹੀਂ ਹੈਗਾ? ਨਹੀਂ, ਯੂਪੀ 'ਚ ਕੰਮ ਬਹੁਤ ਆ ਭਾਅ ਜੀ, ਯੂਪੀ 'ਚ ਅਸੀਂ ਯੂਪੀ 'ਚ ਖੁਦ ਯੂਪੀ 'ਚ ਕੰਮ ਕਰਦੇ ਹਾਂ, ਕੰਸਟਰਕਸ਼ਨ ਦਾ ਕੰਮ ਹੈ ਆਪਣਾ ਭਾਅ ਜੀ। ਕੀ ਕੰਮ ਕਰਦੇ ਹੋ ਬਾਈ ਜੀ ਉੱਥੇ ਕੰਸਟਰਕਸ਼ਨ ਦੇ ਵਿੱਚ? ਕੀ ਪਾਵਰ ਪਲਾਂਟ ਬਣਦੇ ਭਾਅ ਜੀ? ਹਾਂਜੀ। ਅੱਛਾ, ਬਿਹੇਵੀਅਰ ਦੀ ਗੱਲ ਕਰ ਲਈਏ ਯੂਪੀ ਵਾਲੇ ਲੋਕ, ਜੇ ਆਪਾਂ ਪੰਜਾਬੀਆਂ ਦੀ ਗੱਲ ਕਰ ਲਈਏ, ਜੇ ਮੰਨ ਲਓ ਸਾਡੇ ਘਰ ਲੱਗਾ ਹੋਇਆ ਬਾਈ ਜੀ ਹੋਰਾਂ ਦੇ ਘਰ ਕੋਈ ਯੂਪੀ ਬਿਹਾਰ ਦਾ ਬੰਦਾ ਲੱਗਾ ਹੋਇਆ, ਆਪਾਂ
चिंता का विषय बन गया भी यार यूपी वाले इतने साडे ते राज करनगे जां परदेसी जिहड़े दूसरे सूबे तो आके लोग साडा पंजाब चलाउणगे ये भी चिंता का विषय फिर तुसीं पंजाब छड्ड के क्यों जा रहे हो हुण पंजाब च भाजी कम ही है नहीं कोई की कम करांगे आपां 4-5 हज़ार तो वध आपां कदे फैक्टरी कदे भी कोई कम करदे आं कोई मान लो कोई सिक्योरिटी गार्ड की नौकरी करता कोई वह कितने भी नौकरी कर 24-24 घंटे काम करते 10-12 हज़ार तो वह कितने अपन कोई सैलरी नहीं मिलती भाजी ये चक्कर है इस करके अपन बेरोजगारी चिंता का विषय है कोई दो राय नहीं कोई शक नहीं हैगी राजनीतिक पार्टियां आंदियां ने वखो वखरियां सत्ता चाहण तो पहला कहंदियां भी अहीं बेरोजगारी जड़ों खत्म करांगे बदलाव दा होका दे के आम आदमी पार्टी सत्ता च आई लगदा नहीं आम आदमी पार्टी ने कुछ महीनों के विच जां जिहड़ी बेरोजगारी खत्म की है जां होर भी कई तरह के कारोबार चलते थे नजायज माइनिंग की गल कर लीए होर तरह दी उन्होंने बदलाव किए ने कोई बदलाव नहीं हो नशा भाई हम नशा कहते बंद करा नशा कि ज़्यादा ना बद गया हूँ नशा नशे की गल कर लो तुम हूँ कि ज़्यादा नशा बद गया हूँ आप रोज़ देखते कोई ना कोई कित कोई जिदा आप यंग मुंडा कोई कित डैथ देखते ना ये चीज़ा सही नहीं गई भाई ये चीज़ा रोकनिया चाहिए सरकार को ना ये चंगिया नहीं लगदिया चीज़ा भाजी है ना भगवंत मान तो खुद कहें मैं नशा बंद करूँगा पर उन्हें कुछ नहीं बंद किया भाजी वोट तो ही किनू पाई सी आम आदमी पार्टी ने हुण भाजी वोट का हुण आपां दस नहीं सकदे ना लोकी कहिंदे असीं तां जी हिक ठोक के कहिंदे भी अहीं बदलाव नूं लैके आम आदमी पार्टी नूं वोट पाई सी आपां भाजी इस बारे आपां कुछ नहीं कह सकते क्योंकि है ना क्योंकि ये चीज़ आपां नूं कोई कैमरे ते नहीं बंद दस सकदा जी भाई ये तां अपना अधिकार है आपां कह सकते भी हिक ठोक के भी भाई मैं इह पार्टी नूं पाई सी नहीं लगदा तुसीं होर किसे पार्टी नूं पाई नहीं नहीं फिर भी भाजी चलो ये चीज़ का आपां नहीं कोई जाहिर नहीं करता हुंदा कि किसी चीज़ का भी पर जिहड़ी चीज़ सरकार हुण सरकार आम आदमी पार्टी की आ हुण सरकार नूं इह चीज़ सोचनी चाहीदी कि सानूं नशा बंद करना चाहिए हुण आपां दिनों दिन देखदे नशा किन्ना ज़्यादा प्रमोट होण डिया ना ये नशा बंद होना चाहिए भाजी हाँ जी ये चीज़ हुण 2022 का खत्म हो रहा अज 23 का की टीचा है की 23 पूरा करना भाई 23 का यह टीचा हुण भाजी मान लो हुण किन्ने 2022 कि यंग नौजवान दत्थां हुई ना और तुहानूं पता ही भाजी कि नहीं पता तुसीं आप समझदार आ यह कि 2023 के नशा ही बंद होना चाहिए कि मान लो कोई भी अपने अपने पिंड सरपंच पंच है उन्होंने खुद ये चीज़ बंद करनी चाहिए कि नशा अपने पिंड बन नहीं देना चाहिए कि कोई नशा वेचता भी सरपंच पंचों ये चीज़ बंद पता हों कि चीज़ बंद करनी चाहिए नशे का भाई नशा बंद करना चाहिए ये चीज़ हाँ जी भाई जी की हाल ठीक हो हाँ जी भाई ठीक ठाक जी बड़े चुप चाप खड़े हो ठीक है सुख सांद है हाँ जी बिल्कुल ठीक है भाई इंजॉय कर रहे हैं नवे साल का प्रोग्राम सगा चलो अं मना लें जी तो आए हुए हैं जी हाँ जी की भाई जी की सोचा 2022 की रह गया की पूरा करना है 2022 भाजी कुछ सुपने से अधूरे रह गए देखते हैं जी 2023 आप पूरे करने की कोशिश करा हाँ जी तो जिदा अपना जिदा काले संघे काम आ जी संघा फास्ट फूड का जिदा अपनी खुद की शॉप आ जिन्ना मर्जी भाजी आप इतने काम करी जाइए पर जी खूह की मिट्टी है ना खूह में लगी जाती है कुछ अपना वाध नहीं रहा वाधा नहीं हो रहा मतलब कि घर चलाओ ही काम चल रहा आ सोचते हैं कि इतों आप निकल के किसी बन्ने कि कुछ जोड़ लाँगे फ्यूचर का सोच लाँगे गांह आप मैरिज करावे बच्चों का सोच लाँगे पर जे सोचिए कि इतने आप कुछ कर लवेंगे पर कुछ नहीं हो सकता भाजी इतने फ्यूचर नेगा अपना फ्यूचर कितने है जे इतने नहीं है कितने फ्यूचर फ्यूचर भाजी आप किसी फॉरन कंट्री चल जाइए जिदा हम इतने फॉरन किसी भी आप यूरोप की गल कर लीए कनेडा अमेरिका की गल कर लीए जे बंदा पक्का हो जाता है उन्होंने पेंशन लग जाती है उन्होंने जे काम नहीं भी करते उन्होंने सैलरी आँदी आ पर इतने इधर का क्वेश्चन है इतने जो नवी वोट आई सगियाँ हरेक घर ने वादा किया असं 1000 देवे कोई कहता 2000 देवे पर इदा का क्वेश्चन नहीं हो रहा जी साड़िया घर दिया माता आप रो रही कि भगवंत मान ने वादा किया कि असं 2000 रुपया पर मंथ देवे पर इदा का क्वेश्चन नहीं होया जी हाँ जी इस करके साड़ी सोच यही आ कि इतने कुछ नहीं रखा है कि जिन्ना मर्जी कर लो खूह की मिट्टी खूह नहीं लगनी आ तो बस घर चलना आप सेविंग नहीं कर सकते हर कोई बाहर जाने की गल कर रहे इतने सानू नौजवान मिले हो कहते अभी भी विदेशों का भाई जहाज भर भर अपना पंजाब खाली हो रहा चिंता का विषय नहीं है लगता नहीं इतने तुहाडा कारोबार वधिया चलता इनू होर वधा के होर अपना तुसीं एक कंपनी बना सकते लगता नहीं इतने ही अपना नाले पंजाब का पंजाब दे विच रहांगे नाले घर दे विच नाले इतों का वातावरण बहुत वधिया नाले माँ प्यो दे नाल मिलदे वरतदे रहांगे भाजी असी भी यही चाहते हैं कि असं अपने अपने पंजाब रहीए घरद्यान रहीए मिलिए वरतीए पर अपनी सरकार सोचना चाहिए आ कि आप कर रहे हैं इतने पंजाबी का घाण कर रहे हैं पंजाबीयत का हरेक मुंडा यंग मुंडा बाहर जाना चाहता क्यों सरकार सोचना चाहिए कि आप नौजवान की कर रहे हैं ठीक तुम मेरी गल समझते हैं कि हरेक नौजवान जहाँ का बहर जा रहा है या फिर इतने नशे कर रहे हैं जेदा बाल नहीं बनता वो चिट्टा ला के मर जाता है तो जिन्हों को
ਪੈਸੇ ਹੈਗੇ ਉਹਨਾਂ ਦਾ ਉੱਦਾਂ ਨਹੀਂ ਬਣ ਰਿਹਾ ਅਤੇ ਪਰ ਸੋਚ ਸਾਰਿਆਂ ਦੀ ਇਹੀ ਆ ਕਿ ਅਸੀਂ ਫੋਰਨ ਬਾਹਰ ਚਲ ਜਾਈਏ ਕਿਉਂਕਿ ਇੱਥੇ ਕੋਈ ਫਿਊਚਰ ਨਿਗਾ ਜੀ 1% ਦਾ ਵੀ ਫਿਊਚਰ ਨਿਗਾ ਕਿਉਂਕਿ ਪੰਜਾਬ 'ਚ ਸਰਕਾਰ ਕਿਸੇ ਵੀ ਫੈਮਿਲੀ ਦਾ ਕਿਸੇ ਨੌਜਵਾਨ ਦਾ ਕਿਸੇ ਪੱਖਿਓਂ ਨਹੀਂ ਸੋਚ ਰਹੀ ਬਸ ਇੱਕ ਚੀਜ਼ ਕੀਤੀ ਆ ਜੀ ਆਮ ਆਦਮੀ ਪਾਰਟੀ ਨੇ ਕਿ ਬਿੱਲ ਜ਼ੀਰੋ ਕੀਤਾ ਆ ਉਹਦੀ ਚਲੋ ਸਾਨੂੰ ਮਾੜੀ ਮੋਟੀ ਆਸ ਹੈਗੀ ਆ ਕਿ ਜ਼ੀਰੋ ਬਿੱਲ ਜ਼ੀਰੋ ਕੀ ਕਰੂਗੇ ਜੇ ਤੁਹਾਨੂੰ ਰੁਜ਼ਗਾਰ ਹੀ ਨਹੀਂ ਮਿਲਿਆ ਜਿਵੇਂ ਤੁਸੀਂ ਕਹਿ ਰਹੇ ਹੋ ਹਰ ਕੋਈ ਬੇਰੁਜ਼ਗਾਰੀ ਤੋਂ ਤੰਗ ਹੈ ਫਿਰ ਜ਼ੀਰੋ ਬਿੱਲ ਕੀ ਕਰੇਗਾ ਜ਼ੀਰੋ ਬਿੱਲ ਪਤਾ ਕੀ ਕਰੇਗਾ ਜਿਹਦੀ ਸੈਲਰੀ ਹੁਣ 7000 ਆ ਜੀ ਉਹਦਾ 2 ਮਹੀਨੇ ਬਾਅਦ 3500-4000 ਬਿੱਲ ਆ ਜਾਂਦਾ ਆ ਜਿਹਦਾ ਬਿੱਲ ਮਾਫ਼ ਹੋ ਰਿਹਾ ਆ ਉਹਨੂੰ ਬਹੁਤ ਆਸ ਆ ਜੀ ਕਿ ਸਾਡਾ ਪਿਛਲੀ ਸਰਕਾਰ ਨੇ ਤਾਂ ਕੁਛ ਨਹੀਂ ਕੀਤਾ ਪਰ ਸਾਨੂੰ ਇਸ ਸਰਕਾਰ ਨੇ ਜੋ ਵੀ ਦਿੱਤਾ ਆ ਅਸੀਂ ਇਹਦੇ ਵਿੱਚ ਖੁਸ਼ ਹਾਂ ਜੀ 2000-4000-3500 ਜਿਹਦਾ 2 ਮਹੀਨੇ ਬਾਅਦ ਬਿੱਲ ਮਾਫ਼ ਹੋ ਜਾਣਾ ਬਹੁਤ ਆਸ ਹੁੰਦੀ ਆ ਜੀ ਉਹਨੂੰ ਪਰ ਅਸੀਂ ਹੋਰ ਚਾਹੁੰਦੇ ਹਾਂ ਕਿ ਸਾਡਾ ਸਰਕਾਰ ਬਹੁਤ ਕਰੇ ਬਹੁਤ ਜ਼ਿਆਦਾ ਫੈਸਿਲਿਟੀਆਂ ਲਿਆਵੇ ਕਿ ਜਿਹਦੇ ਨਾਲ ਸਾਡਾ ਵਧੀਆ ਘਰ ਬਾਰ ਚੱਲੇ ਕੁਛ ਨਾ ਕੁਛ ਸਰਕਾਰ ਬਾਰੇ ਸਾਡੇ ਬਾਰੇ ਸੋਚੇ ਪਰ ਮਾੜੇ ਮੋਟੇ ਨਾਲ ਹੀ ਅਸੀਂ ਜਿੰਨਾ ਕਿ ਠੀਕ ਆ ਚੱਲੀ ਜਾਂਦਾ ਬਾਕੀ ਦੇਖੋ ਹਾਲੇ ਨਵੀਂ ਨਵੀਂ ਆਈ ਆ ਗਾਂਹ ਵਾਲੇ 3-4 ਸਾਲਾਂ 'ਚ ਕੀ ਕਰਦੀ ਆ ਅਤੇ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਜੀ ਭਾਅ ਜੀ ਕੀ ਹਾਲ ਠੀਕ ਹੋ ਜੀ ਹਾਂਜੀ ਹਾਂਜੀ ਭਾਅ ਜੀ ਵਧੀਆ ਤੁਸੀਂ ਸੁਣਾਓ 2022 ਖਤਮ ਹੋ ਰਿਹਾ ਹੈ 23 ਦੀ ਸ਼ੁਰੂਆਤ ਹੋ ਰਹੀ ਹੈ ਕੀ ਸੋਚਿਆ 23 'ਚ ਕੀ ਕਰਨਾ 23 'ਚ ਬਸ ਭਾਅ ਜੀ ਹੁਣ ਛੁੱਟੀ ਕੱਟਣ ਆਏ ਹਾਂ ਹੋਰ ਮਹੀਨੇ ਦੀ ਛੁੱਟੀ ਰਹਿ ਗਈ ਆ ਫਿਰ ਵਾਪਸ ਚੱਲ ਜਾਣਾ ਕਿੱਥੋਂ ਛੁੱਟੀ ਕੱਟਣਾ ਅਮਰੀਕਾ ਤੋਂ ਬਾਈ ਜੀ ਅਮਰੀਕਾ ਦੇ ਸਾਨੂੰ ਇੱਥੇ ਨੌਜਵਾਨਾਂ ਦਾ ਸੁਪਨਾ ਆਇਆ ਬਾਹਰ ਜਾਣਾ ਤੁਸੀਂ ਕਹਿ ਰਹੇ ਹੋ ਮੈਂ ਅਮਰੀਕਾ ਤੋਂ ਆਇਆ ਅਮਰੀਕਾ ਤੋਂ ਫਿਰ ਵਾਪਸ ਚਲੇ ਜਾਣਾ ਬਾਈ ਪੰਜਾਬ 'ਚ ਕੌਣ ਰਹੂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਬਿਲਕੁਲ ਜੋ ਕੁਛ ਆ ਟਾਈਮ ਦੇ ਹਿਸਾਬ ਨਾਲ ਚੱਲੀ ਜਾਂਦਾ ਵਾ ਜਿਹਦੇ ਕਰਮਾਂ ਦੀ ਰੋਟੀ ਇੱਥੇ ਲਿਖੀ ਆ ਉਹਨੇ ਇੱਥੇ ਖਾਣੀ ਆ ਜਿਹੜੀ ਉੱਥੇ ਲਿਖੀ ਉਹਨੇ ਉੱਥੇ ਖਾਣੀ ਆ ਹਾਂਜੀ ਤੁਸੀਂ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅਮਰੀਕਾ ਗਏ 10 ਸਾਲ ਹੋ ਗਏ ਪੱਕੇ ਹੋ ਗਏ ਹਾਂਜੀ ਇੱਥੋਂ ਪੰਜਾਬ ਕਿਉਂ ਛੱਡ ਕੇ ਗਏ ਸੀ ਕੀ ਕਾਰਨ ਬਣਿਆ ਰੰਗਲਾ ਪੰਜਾਬ ਹੱਸਦਾ ਖੇਡਦਾ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਨੂੰ ਤੁਸੀਂ ਛੱਡ ਕੇ ਅਮਰੀਕਾ ਚਲੇ ਗਏ ਬਸ ਹਾਲਾਤ ਦੇ ਦਾਣਾ ਪਾਣੀ ਲੈ ਗਿਆ ਖਿੱਚ ਕੇ ਚਲ ਗਏ ਫਿਰ ਬਸ ਹੁਣ ਉੱਥੇ ਦੇ ਹੋ ਗਏ ਹਾਂ ਹਾਂਜੀ ਭਾਈ ਆਪਾਂ ਕੰਪੇਅਰ ਕਰੀਏ ਇੱਥੇ ਨੌਜਵਾਨ ਖੜੇ ਨੇ ਇਹਨਾਂ ਦਾ ਮਕਸਦ ਹੈ ਵੀ ਬਾਹਰ ਜਾਣ ਦਾ ਅਮਰੀਕਾ ਨੂੰ ਕੰਪੇਅਰ ਕਰੀਏ ਪੰਜਾਬ ਦੇ ਨਾਲ ਉੱਥੋਂ ਦੇ ਹਾਲਾਤ ਕਿਵੇਂ ਜਿਵੇਂ ਹੁਣ ਲਾਅ ਐਂਡ ਆਰਡਰ ਨੂੰ ਲੈ ਕੇ ਲੋਕ ਚਿੰਤਾ ਦਾ ਵਿਸ਼ਾ ਵੀ ਯਾਰ ਉੱਥੇ ਘਰੋਂ ਨਿਕਲਦੇ ਸੋਚਦੇ ਵੀ PPR ਮਾਲ 'ਚ ਲਾਅ ਐਂਡ ਆਰਡਰ ਪਤਾ ਨਹੀਂ ਕਿਹੋ ਜਿਹਾ ਹੋਣਾ ਉੱਥੋਂ ਦੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਭਾਅ ਜੀ ਇੱਥੇ ਨਾਲੋਂ ਤੋਂ ਆਪਾਂ ਜਿਹੜਾ ਕੰਪੇਅਰ ਨਹੀਂ ਕਰ ਸਕਦੇ ਇਹਨੂੰ ਤਾਂ ਉੱਥੇ ਨੂੰ ਹੈ ਨਾ ਬਹੁਤ ਫਰਕ ਹੈ ਆਪਣਾ ਤਾਂ ਇੱਥੇ ਦਾ ਪਰ ਜਿਹੜੇ ਇਹਦੀ ਲਾਈਫ ਆ ਉਹਨਾਂ ਦੀ ਆ ਜਿਹੜੀ ਸਾਡੀ ਲਾਈਫ ਉੱਥੇ ਦੀ ਹੈ ਨਾ ਉੱਥੇ ਬੰਦਾ ਡਿਪੈਂਡ ਕੰਮ ਸਾਰਾ ਕੁਛ ਉਸ ਉੱਦਾਂ ਦਾ ਹੋ ਜਾਂਦਾ ਬੰਦਾ ਹੈ ਨਾ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਤੁਸੀਂ ਇੱਥੇ ਰਹਿੰਦੇ ਆ ਕੀ ਕੁਛ ਚੱਲ ਰਿਹਾ ਇੱਥੇ ਨਾ ਉਹ ਹੁਣ ਮੈਂ 10 ਸਾਲਾਂ ਬਾਅਦ ਆਇਆ ਮੈਨੂੰ ਇੱਥੇ ਦਾ ਕੁਛ ਇੰਨਾ ਖਾਸ ਪਤਾ ਨਹੀਂ ਨਾ ਕੀ ਕੁਛ ਚੱਲ ਰਿਹਾ ਨਹੀਂ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਨੌਜਵਾਨ ਬਾਹਰ ਦਾ ਵਿਦੇਸ਼ ਦਾ ਰੁੱਖ ਕਰ ਰਹੇ ਨੇ ਨੌਜਵਾਨ ਜਿਹੜੇ ਜਹਾਜ਼ ਭਰ ਬਾਹਰ ਜਾ ਰਹੇ ਆ ਸਰਕਾਰ ਨੂੰ ਜਾਂ ਇੱਥੋਂ ਦੀਆਂ ਨੀਤੀਆਂ 'ਚ ਕੀ ਬਦਲਾਅ ਕਰਨਾ ਚਾਹੀਦਾ ਜਿਹੜੇ ਨੌਜਵਾਨ ਇੱਥੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਰਹਿਣ ਹੱਸ ਖੇਡ ਕੇ ਆਪਣਾ ਵਧੀਆ ਜੀਵਨ ਬਤੀਤ ਕਰਨ ਭਾਈ ਸਰਕਾਰਾਂ ਦਾ ਵੀ ਯੋਗਦਾਨ ਹੋਣਾ ਚਾਹੀਦਾ ਵਾ ਪਰ ਇਹਦੇ ਵਿੱਚ ਆਪਣੇ ਜਿਹੜੇ ਇੱਥੇ ਨੌਜਵਾਨ ਹੈ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਇੱਥੇ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਬੰਦੇ ਕੰਮ 'ਚ ਧਿਆਨ ਘੱਟ ਦੇ ਰਹੇ ਆ ਮੈਂ ਦੇਖਿਆ ਇੱਥੇ ਥੋੜ੍ਹਾ ਜਿਹਾ ਜਿਹੜੀ ਯਾਸ਼ੀ ਥੋੜ੍ਹੀ ਉਹ ਜਾਰੀ ਕਰ ਰਹੇ ਆ ਅਤੇ ਉਹ ਫਰਕ ਹੈਗਾ ਜੇ ਉੱਥੇ ਬੰਦਾ ਚੱਲ ਜਾਂਦਾ ਉੱਥੇ ਕੰਮ ਨਾਲ ਮਤਲਬ ਆ ਅਤੇ ਬਾਕੀ ਬਾਅਦ ਦੀ ਗੱਲ ਬਾਅਦ 'ਚੋਂ ਆ ਜਿਹੜਾ ਕੰਮ ਪਹਿਲੋਂ ਆ ਉੱਥੇ ਹਾਂਜੀ ਇਹ ਚੀਜ਼ਾਂ ਸੁਨੇਹਾ ਬਾਈ ਜੀ ਕੀ ਦੇਣਾ ਚਾਹੁੰਦੇ ਹੋ ਆਪਾਂ ਦਰਸ਼ਕ ਵੇਖ ਰਹੇ ਨੇ ਤੁਸੀਂ ਅਮਰੀਕਾ 'ਚੋਂ ਆਏ ਹੋ ਸੁਨੇਹਾ ਕੀ ਦਿਓਗੇ ਵੀ ਆਉਣ ਵਾਲੇ ਸਮੇਂ 'ਚ ਜਿਵੇਂ ਤੁਸੀਂ ਬਦਲਾਅ ਚਾਹੁੰਦੇ ਸੀ ਵੀ ਆਹ ਕੁਛ ਹੋਣਾ ਚਾਹੀਦਾ ਸੁਨੇਹਾ ਕੀ ਦਿਓਗੇ ਆਉਣ ਵਾਲੇ ਸਮੇਂ 'ਚ 2023 ਦੇ ਵਿੱਚ ਕੀ ਕਰਨਾ ਚਾਹੀਦਾ ਭਾਈ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਬੰਦਾ ਜਿੱਥੇ ਵੀ ਆ ਖੁਸ਼ ਰਵੇ ਕੰਮ ਕਰੇ ਕੰਮ ਨਾਲ ਮਤਲਬ ਰੱਖੇ ਆਪਣੇ ਨਾਲ ਬਸ ਨਜ਼ਾਰੇ ਲਵੇ ਆਪਣੀ ਜ਼ਿੰਦਗੀ ਦੇ ਜਿੱਦਾਂ ਦੀ ਜ਼ਿੰਦਗੀ ਜੀਣੀ ਆ ਬੰਦਾ ਜੀ ਸਕਦਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਸੋ ਦਰਸ਼ਕੋ ਇਹ ਸਨ ਸਾਡੇ ਨਾਲ ਨੌਜਵਾਨ ਨੇ ਖਾਸ ਤੌਰ 'ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦਾ ਮੇਨ ਮਕਸਦ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁੱਖ ਕਰਨਾ ਹੀ ਹੈ ਕਿ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਜਾਣਗੇ ਤਾਂ ਸਿੱਧੇ ਤੌਰ 'ਤੇ ਬੇਰੁਜ਼ਗਾਰੀ ਦਾ ਕਹਿ ਕੇ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਤਾਂ ਸਿੱਧੇ ਤੌਰ 'ਤੇ ਸਰਕਾਰਾਂ ਨੂੰ ਵੀ ਨੌਜਵਾਨਾਂ ਨੇ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ ਤਾਂ ਖਾਸ ਤੌਰ 'ਤੇ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਨਵੇਂ ਸਾਲ ਦੇ ਜਸ਼ਨ ਮਨਾਉਣ ਵਾਸਤੇ ਜਲੰਧਰ ਦੇ PPR ਮਾਲ ਦੇ ਨਜ਼ਦੀਕ ਪਹੁੰਚ ਰਹੇ ਨੇ ਮਨਜਿੰਦਰ ਸਿੰਘ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ ਪੰਜਾਬੀ ਲੋਕ ਚੈਨਲ ਜਲੰਧਰ